बिस्मिल्लाहिर्रहमानिर्रहीम। सुफियान वीर तरफ मेरे सारे वेखण वाले भैन भरा नूं अस्सलाम अलैकुम। सदा हसते रहो, सदा वसते रहो, अल्लाह पाक तुहानूं खुश रखे और आबाद रखे। बहुत सारे दुआ नाल अज की वीडियो शुरू करते हैं। अज की वीडियो असं जा रहे हैं चाचा असलम को। चाचा असलम कहता सभी पंप जड़ा वा दिलावर भाई के मकाना से जड़ा लाया सीगा वो साड़ गया वा, तो साल की गरंटी से उहदी, तो वह हुण वापसी करवाउण जाणा वा। तो हुण जा रहे हैं असीं बाज़ार, उहनूं वापसी करा के लियावांगे। तो जिदा जिदा असीं बाज़ार जावांगे उदा उदा अपने भैण भरा नूं वी दिखावांगे। चलिए जी, चलो पंप जड़ा असी मोटरसाइकिल ते रख लिया वा, तो हुण असी चलते हैं आई पंप वाली दुकान पर आ गए हैं। पंप लगे लगे पंप मिस्त्री पानी अजे पिया नहीं, अद्धा बिजली पाया पंप दे दो। ये जो हम थोड़ा देने लगे ना जी, ये मैं थोड़ा आर भी देना थोड़ा थोड़ा पंप नहीं साडा पंप थोड़ा काम रुकया हुआ पूरी जगह दे चलो कौन ये देखो कम ना पाए बस ना थे यार नहीं जाना चाह रहे लगे दे ਆਰਸੀ ਤੌਰ ਤੇ ਲੱਗਿਆ ਦੇਣ ਅੱਜ ਅਸਾਂ ਨੇ ਕਈ ਵਾਰ ਕੰਮ ਪਾਣੇ ਹੈ ਅੰਦਰ ਬਾਹਰ ਬੈਠਾ ਕੁਛ ਸਮਾਨ ਜਿਹੜਾ ਵਾ ਪੁਰਾਣੀ ਪੰਪ ਦਾ ਜਿਹੜਾ ਉੱਥੇ ਪਿਆ ਵਾ ਨਵੇਂ ਦਖਲਾ ਮਿਹਰਬਾਨੀ ਭਾਈਆਂ ਦੀ ਕਲੇਮ ਹਾਂਜੀ चलो कर लेंगे ਦਾਦਾ ਕੋ ਨਹੀਂ ਜਾ ਸਾਡੇ ਕੋਲ ਫੁੱਲਾਂ ਨਾ ਪਾਸੇ
ਥੋੜਾ ਜਾ ਕੇ ਤਾਂ ਸੁਣਾਂਗੇ ਉਹ ਕਿੱਧਰ ਜਾਂਦੀ ਕਿਸਾਨ ਦਾ ਕੰਮ ਅੱਡਾ ਲੱਗਿਆ ਵਾਂ ਪੈਦਾ ਲੱਗਾ ਵਾਂ ਪੈਦਾ ਲੱਗਾ ਕਿ ਆ ਕੁਮਾਰੀ ਉਹ ਲੋਗ ਮੈਂ ਦਿੰਦਾ ਇਹ ਪੰਪ ਲੱਗਦਾ ਉਹ ਇੱਧਰ ਹੋਣਾ ਇੱਧਰ ਹੋਣਾ ਉਹ ਇੱਧਰ ਨਹੀਂ ਬਸ ਠੀਕ ਆ ਠੀਕ ਕਰੇ ਤਾਂ ਪਿਆਰ ਕਰਦਾ ਚਲੋ ਕਰਦਾ ਪੰਪ ਜਿਹੜਾ ਵਾ ਉਹਨਾਂ ਨੇ ਚੇਂਜ ਕਰ ਦਿੱਤਾ ਵਾ ਆਰਜ਼ ਦੇ ਤੌਰ ਤੇ ਦਿੱਤਾ ਵਾ ਕਹਿੰਦੇ ਆ ਵੀ ਉਹਦੇ ਨਾਲ ਦਾ ਪੰਪ ਹਲੇ ਨਹੀਂ ਹੈਗਾ ਹਾਂਜੀ ਹੋਰ ਵੀ ਇੱਕ ਵਾਰੀ ਹੋ ਗਿਆ ਤਾਂ ਵੀ ਕਲੇਮ ਆਇਆ ਲੱਖ ਦੇ ਸਹੀ ਹੈ ਇੱਕ ਵਾਰੀ ਹੋਰ ਵੀ ਸੜ ਗਿਆ ਤਾਂ ਫਿਰ ਕਲੇਮ ਹੋ ਜਾਏਗਾ ਕਹਿੰਦੇ ਆ ਜੀ ਸਾਡੇ ਸ਼ਹਿਰ ਦਾ ਚੌਂਕ ਕਾਫੀ ਅੱਜ ਆਸ਼ਰਮ ਦੀ ਰਹਿੰਦੀ ਹੈ ਹਲੇ ਹਾਂਜੀ ਬਸ ਉਹ ਬਲਬ ਵੀ ਲੱਗਣਾ ਉੱਥੇ ਕਨੈਕਸ਼ਨ ਹੋ ਜਾਣਾ ਝੜੀ ਮਾਰ ਕੇ ਨਾ ਪੈਪ ਪਾ ਦਾਂਗੇ ਹਾਂਜੀ ਆ ਜੀ ਪੰਪ ਅਸੀਂ ਲੈ ਆਉਂਦਾ ਵਾ ਇਹਨੂੰ ਹੁਣ ਕਰਦੇ ਹਾਂ ਫਿੱਟ ਭਾਈ ਹੁਣੇ ਲੱਗਿਆ ਪੰਪ ਫਿੱਟ ਕਰਨ ਅਤੇ ਅੰਦਰ ਜਿਹੜਾ ਵਾ ਫਰਸ਼ ਲਾਉਂਦੇ ਪਏ ਆ ਤਿੰਨ ਚਾਰ ਇੰਚੀ ਧਮਾਲ ਪੈਣ ਡਿਆ ਇੱਧਰ ਜ਼ਿਆਦਾ ਪਾਇਆ ਪੈਪ ਦੇ ਬਰਾਬਰ ਆਉਣ ਡਿਆ ਉੱਧਰ ਪੈਪ ਦੇ ਬਾਹਰ ਦੇ ਬੂਹੇ ਰੱਖੇ ਆ ਪਾਣੀ ਧੋਣਾ ਇਹਨੂੰ ਮਤਲਬ ਪਾਣੀ ਇੰਜ ਹੋਵੇ ਪਾਣੀ ਇੱਥੇ ਕਰਵਾ ਜਾ ਭਾਂਡਿਆ ਪੰਪ ਜਿਹੜਾ ਫਿੱਟ ਹੋ ਗਿਆ ਵਾ
ਤੇ ਲਾਈਟ ਨਹੀਂ ਹੈਗੀ, ਲਾਈਟ ਆਏਗੀ ਤੇ ਫਿਰ ਚਲਾ ਕੇ ਚੈੱਕ ਕਰਾਂਗੇ। ਆਈ ਸੀਮਟ ਮਿਸਤਰੀ ਭਾਈਆਂ ਨੇ ਇੱਕ ਕਮਰੇ 'ਚ ਪਾ ਦਿੱਤਾ ਵਾ, ਇੱਕ ਕਮਰਾ ਜਿਹੜਾ ਉਹ ਫਾਈਨਲ ਹੋ ਗਿਆ ਵਾ, ਦੂਸਰੇ 'ਚ ਲੱਗੇ ਹੋਇਆ। ਇਹ ਵੀ ਤਕਰੀਬਨ ਫਾਈਨਲ ਹੋ ਚੱਲਿਆ ਵਾ, ਰਹਿ ਗਿਆ ਥੋੜ੍ਹਾ ਜਿਹਾ। ਜੋ ਆਹ ਕਮਰਾ ਫਾਈਨਲ ਕਰਕੇ ਛੁੱਟੀ ਆ, ਅੱਗੇ ਕੰਮ ਕਰੋ। ਛੁੱਟੀ ਸਹੀ, ਦੋ ਕਮਰੇ ਫਾਈਨਲ ਹੋ ਜਾਣੇ ਸਹੀ, ਸੁਬਹਾ ਜਿਹੜਾ ਸਹੀ, ਯਾਨੀ ਕਿ ਸਵੇਰੇ ਫਾਈਨਲ ਹੋ ਜਾਏਗਾ। ਸਹੀ, ਦਸ ਬੋਰੀਆਂ ਦੋਵਾਂ ਮਕਾਨਾਂ 'ਚ ਸਹੀ। ਮਾਲ ਵੀ ਵਾਹਵਾ ਪੈਣ ਡਿਆ। ਅੱਛਾ ਸਹੀ, ਫੁੱਟ ਬਾਈ ਫੁੱਟ। ਹਾਂਜੀ ਫੇਰ ਸਹੀ ਆ। ਹਾਂਜੀ ਬਰਾਂਡੇ 'ਚ ਜਿਹੜੀ ਹੈਗੀ ਆ ਰੋੜੀ ਉਹਨਾਂ ਨੂੰ ਕੁੱਟ ਕੇ ਪਾ ਲਈ ਹੋਈ ਆ, ਸੁਬਹਾ ਇੱਥੇ ਵੀ ਸੀਮਟ ਬਜਰੀ ਪਾਉਣਗੇ ਅਤੇ ਦੋਨਾਂ ਕਮਰਿਆਂ ਦਾ ਕੰਮ ਅੱਜ ਫਾਈਨਲ ਹੋ ਜਾਏਗਾ। ਸੁਬਹਾ ਇਨਸ਼ਾਅੱਲਾ ਬਰਾਂਡੇ ਦਾ ਕਿਚਨ ਦਾ ਕੰਮ ਸ਼ੁਰੂ ਕਰਨਗੇ। ਛੱਤ ਵੀ ਬਿਲਕੁਲ ਫਾਈਨਲ ਹੋ ਗਈ ਹੋਈ ਆ, ਸੀਮਟ ਰਲਾ ਕੇ ਉਹਨਾਂ ਨੇ ਟੱਸੂ 'ਤੇ ਸਾਰੇ ਪਾ ਦਿੱਤਾ ਵਾ, ਅਤੇ ਮਾਸ਼ਾਅੱਲਾ ਛੱਤ ਦਾ ਕੰਮ ਵੀ ਸੋਹਣਾ ਹੋ ਗਿਆ ਵਾ। ਹੁਣ ਮਿਸਤਰੀ ਭਾਈ ਲੱਗੇ ਆ ਫਰਸ਼ ਲਾਉਣ, ਉਸ ਤੋਂ ਬਾਅਦ ਜਿਹੜਾ ਵਾ ਪਲਸਤਰ ਸ਼ੁਰੂ ਕਰਨਗੇ। ਇੱਥੋਂ ਜਿਹੜਾ ਮਿੱਟੀ ਚੁੱਕਦੇ ਪਏ ਆ ਵਿਹੜੇ 'ਚ, ਇੱਥੇ ਮਿੱਟੀ ਥੋੜ੍ਹੀ ਜ਼ਿਆਦਾ ਸੀਗੀ, ਇਸ ਵਾਸਤੇ ਚੁੱਕਣੀ ਪੈਣ ਡਈ ਆ। ਪੰਪ ਕਿਵੇਂ, ਸਹੀ ਪਾਣੀ ਕੱਢਦਾ ਪਿਆ? ਬੜਾ ਪਾਣੀ ਕੱਢਿਆ ਅੱਜ, ਸਹੀ ਆ। ਪਿਛਲੇ ਨਾਲੋਂ ਠੀਕ ਰਿਹਾ, ਪਿਛਲੇ ਨਾਲੋਂ ਠੀਕ ਆ ਬਹੁਤ ਜ਼ਿਆਦਾ, ਸਹੀ ਹੈਗਾ ਜੀ, ਹੈਗਾ ਥੋੜ੍ਹਾ ਜਿਹਾ ਹੈਗਾ ਜੀ, ਬਹੁਤ ਫਸਟ ਕਲਾਸ ਪਾਣੀ ਕੱਢਿਆ ਅੱਜ, ਸਹੀ ਆ। ਸਹੀ, ਹਾਂਜੀ ਸਹੀ ਆ। ਪਾਣੀ ਤਾਂ ਅਗਲੇ ਨਾਲ ਠੀਕ ਆ ਹਨਾ, ਉਹ 1500 ਮਹਿੰਗਾ ਸੀਗਾ, ਇਹ ਮਤਲਬ ਸਸਤਾ ਵਾ ਉਹਦੇ ਨਾਲ। ਨਹੀਂ ਪਾਣੀ ਮਾਸ਼ਾਅੱਲਾ ਠੀਕ ਹੈ, ਅਤੇ ਦੋਵਾਂ ਕਮਰਿਆਂ ਦਾ ਜਿਹੜਾ ਕੰਮ ਫਾਈਨਲ ਹੋ ਚੱਲਾ, ਥੋੜ੍ਹਾ ਜਿਹਾ ਮਸਾਲਾ ਥੋੜ੍ਹਦਾ ਸੀਗਾ ਉਹ ਲੱਗੇ ਬਣਾਉਣ, ਥੋੜ੍ਹੀ ਜਿਹੀ ਜਗ੍ਹਾ ਰਹਿ ਗਈ ਆ, ਇਹਨਾਂ ਨੇ ਥੋੜ੍ਹੀ ਦੇਰ ਤੱਕ ਕੰਪਲੀਟ ਕਰ ਦੇਣੀ ਆ। ਅਤੇ ਆਹ ਸੀਗੀ ਸਾਡੀ ਅੱਜ ਦੀ ਵੀਡੀਓ, ਇਹਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਅਤੇ ਸ਼ੇਅਰ ਕਰਿਓ, ਜਿਹੜੇ ਭੈਣ ਭਰਾ ਸਾਡੇ ਚੈਨਲ 'ਤੇ ਨਵੇਂ ਆ ਸਾਡੇ ਚੈਨਲ ਸਬਸਕ੍ਰਾਈਬ ਕਰਿਓ। ਅੱਲਾ ਹਾਫਿਜ਼, ਹੁਣ ਮਿਲਦੇ ਹਾਂ ਆਪਾਂ ਅਗਲੀ ਵੀਡੀਓ 'ਚ।